ਹੈਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵੈਰੀ ਗੁੱਡ ਈਵਨਿੰਗ ਤੇ ਸਭ ਤੋਂ ਪਹਿਲੇ ਤਾਂ ਇਹ ਪਿਆਰੇ ਮਿੱਤਰ ਹੈਗੇ ਆ ਇਹਨਾਂ ਦੀ ਫੋਟੋ ਦੇਖੋ ਤੁਸੀਂ ਰਵਿੰਦਰਜੀਤ ਸਿੰਘ ਇਹਨਾਂ ਨੇ 2018 ਦੇ ਪੇਪਰ ਚ ਐਕਸਾਈਜ਼ ਇੰਸਪੈਕਟਰ ਦੇ ਪੇਪਰ ਚ ਟੌਪ ਕੀਤਾ ਸੀ ਮੀਨਸ ਇਹਨਾਂ ਦੀ ਫਰਸਟ ਰੈਂਕ ਸੀਗੀ ਤੇ ਇਸ ਵਾਰੀ ਜਿਹੜੇ ਵੀ ਸਟੂਡੈਂਟਸ ਜਿਹੜੇ ਇਹ ਵੀਡੀਓ ਦੇਖ ਰਿਆ ਨਾ ਤੁਸੀਂ ਆਪਣੀ ਜਿਹੜੀ ਤਿਆਰੀ ਹੈ ਨਾ ਉਹਨੂੰ ਜਿਹੜਾ ਨੈਕਸਟ ਲੈਵਲ 2.0 ਲੈਵਲ ਕਹਿੰਦੇ ਨਾ ਜਦੋਂ ਰੋਬਰਟ 2.0 ਮੂਵੀ ਆਈ ਸੀ ਨੈਕਸਟ ਲੈਵਲ ਤੇ ਲੈ ਕੇ ਜਾਣਾ ਹੈ ਤਿਆਰੀ ਦੇ ਵੱਟ ਕੱਢ ਦੇਣੇ ਤੁਸੀਂ ਫਸਟ ਰੈਂਕ ਲੈਣੀ ਹੈ ਉਸ ਨਾਲ ਨਾਲ ਤਿਆਰੀ ਕਰਨੀ ਹੈ ਇੰਨੀ ਸਾਰੀ ਓਪਰਚ्युनिटीज ਤੁਹਾਨੂੰ ਇਲੈਕਸ਼ਨ ਇਅਰ ਚ ਆ ਰਹੀ ਹੈ ਇਹ 5 ਸਾਲ ਬਾਅਦ ਆਉਣੀ ਹੈ ਹੁਣ ਇਸ ਤੋਂ ਬਾਅਦ ਮਤਲਬ ਜੇ ਤੁਸੀਂ ਸੋਚੋਗੇ ਅਗਲੇ ਸਾਲ 2 ਸਾਲ ਬਾਅਦ ਪੋਸਟਾਂ ਨਿਕਲਣਗੀਆਂ ਪੋਸਟਾਂ ਨਹੀਂ ਨਿਕਲਣੀਆਂ ਪੋਸਟਾਂ ਇਲੈਕਸ਼ਨ ਤੋਂ 1 ਸਾਲ ਪਹਿਲੇ ਨਿਕਲਦੀਆਂ ਇਸ ਸਾਲ ਨਿਕਲ ਰਹੀਆਂ ਤੇ ਤਿਆਰੀ ਜਿਹੜੀ ਹੈ ਨਾ ਉਹਨੂੰ ਬਿਲਕੁਲ ਵੀ ਢਿੱਲੀ ਨਾ ਕਰੋ ਬਹੁਤ ਸਾਰੇ ਪੇਪਰ ਹੋਰ ਵੀ ਆਣੇ ਐ ਸਬ ਇਨਸਪੈਕਟਰ ਦੀਆਂ ਪੋਸਟਾਂ ਆਣੀਆਂ ਜੂਨ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਆਣੀਆਂ ਹੈ ਕਲੈਰਕਲ ਲੈਵਲ ਦੀਆਂ ਪੋਸਟਾਂ ਆਣੀਆਂ ਸਾਰੀਆਂ ਪੋਸਟਾਂ ਆਣੀਆਂ ਜਿਹੜੇ ਤੁਹਾਡੇ ਮਨ 'ਚ ਹੈਗੀਆਂ ਜਿਹੜੀਆਂ ਅਸੀਂ ਇੱਕ ਪਹਿਲੇ ਵੀਡੀਓ ਬਣਾਇਆ ਸੀ 50000 ਪੋਸਟਾਂ ਵਾਲਾ ਤੇ ਹੁਣ ਤੁਸੀਂ ਕੀ ਕਰਨਾ ਹੈ ਕਿ ਹੁਣ ਅੱਜ ਦੇ ਵੀਡੀ ਪੇਪਰ ਦੀ ਡੇਟ ਕੋਈ ਆਈ ਹੈ ਨਹੀਂ ਆਈ ਹੈ ਸਿਲੇਬਸ ਕੀ ਹੈਗਾ ਪ੍ਰੀवियस ਇਅਰ ਪੇਪਰ ਕੀ ਹੈ ਪੂਰਾ ਵੀਡੀਓ ਧਿਆਨ ਨਾਲ ਦੇਖੋ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲੇ ਕੱਲ ਰਾਤ ਨੂੰ ਤੁਸੀਂ ਦੇਖਿਆ ਹੋਣਾ ਇੱਕ 1:30 ਵਜੇ ਮੈਂ ਰਾਤ ਨੂੰ ਨੋਟੀਫਿਕੇਸ਼ਨ ਪਾਈ ਸੀ ਜਦੋਂ ਟ੍ਰਿਬਿਊਨ ਦਾ ਨਿੱਸੇ ਪਰਚਾਈ ਸੀਗੀ ਤੇ ਵੈਕੈਂਸੀ ਜਿਹੜੀਆਂ ਐ ਐਕਸਾਇੰਸ ਇੰਸਪੈਕਟਰ ਦੀਆਂ 51 ਪੋਸਟ ਬਲੋਕ ਐਕਸਟੈਂਸ਼ਨ ਆਫੀਸਰ ਦੀਆਂ 61 ਪੋਸਟ ਇੰਡਸਟਰੀਅਲ ਪ੍ਰੋਮੋਸ਼ਨ ਆਫੀਸਰ ਦੀਆਂ 56 ਪੋਸਟਾਂ ਹੈਗੀਆਂ ਇੰਪੋਰਟੈਂਟ ਡੇਟਸ ਜਿੱਦਾਂ ਕੀ ਰਾਤ ਨੂੰ ਵੀ ਮੈਂਸ਼ਨ ਕੀਤੀਆਂ ਸੀ 21 ਮਈ ਤੋਂ ਮੀਨਸ ਕੱਲ ਤੋਂ ਜਿਹੜਾ ਸਟ ਤੇ ਲਾਸਟ ਡੇਡ ਜਿਹੜੀ ਐਪਲਾਈ ਦੀ ਉਹ 15 ਜੂਨ ਹੈਗੀ ਐ ਹਾਲਾਂਕਿ ਜਿਹੜੀ ਐ ਆਪਣਾ ਬਾਤ ਕਈ ਵੇ ਤੁਹਾਨੂੰ ਪਤਾ ਕੋਵਿਡ ਕਰਕੇ ਜਿੱਦਾਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਤੇ ਵੀ ਐਕਸਟੈਂਡ ਹੋ ਗਈ ਸੀਗੀ ਡੇਟ ਕਈ ਵਾਰੀ ਸਾਈਟ ਹੀ ਨਹੀਂ ਚੱਲ ਰਹੀ ਅੱਜਕੱਲ੍ਹ ਕਈ ਜਿਹੜੀ ਸਾਈਟਸ ਹੈਗੀਆਂ ਉਹ ਚੱਲਦੀਆਂ ਨਹੀਂ ਹੈਗੀਆਂ ਪ੍ਰੋਪਰਲੀ ਤੇ ਫੀਸ ਡਿਪੋਜ਼ਿਟ ਕਰਾਣ ਦੀ ਉਹ ਹੱਲੇ ਇਸ ਤੋਂ ਦੋ ਦਿਨ ਬਾਅਦ ਹੈ 18 ਤਰੀਕ ਹੈਗੀ ਐ ਹਾਲਾਂਕਿ ਇਹਦੇ ਵਿੱਚ ਹੱਲੇ ਕੋਈ ਐਗਜ਼ਾਮ ਦੀ ਕੋਈ ਡੇਟ ਨਹੀਂ ਹੈ ਇਹ ਨਹੀਂ ਦੱਸਿਆ ਐਗਜ਼ਾਮ ਆਨਲਾਈਨ ਹੋਊਗਾ ਆਫਲਾਈਨ ਹੋਊਗਾ ਲੇਕਿਨ ਪੰਜਾਬ ਦੇ ਤੁਹਾਨੂੰ ਪਤਾ ਹੀ ਐ ਮੈਕਸਮ ਪੇਪਰ ਸਾਰੇ ਜਿਹ ਆਫਲਾਈਨ ਹੀ ਹੁੰਦੇ ਆ ਮਤਲਬ ਪੈਨ ਪੇਪਰ ਮੋਡ 'ਚ ਹੀ ਹੁੰਦੇ ਤੇ ਇਹ ਵੀ ਪੇਪਰ ਜਿਹੜਾ ਆਫਲਾਈਨ 'ਚ ਹੀ ਹੋਊਗਾ ਤੁਸੀਂ ਇਹ ਉਮੀਦ ਕਰ ਸਕਦੇ ਹੋ ਉਸ ਤੋਂ ਬਾਅਦ ਦੇਖਿਓ ਕਿ ਏਜ ਲਿਮਿਟ ਜਿਹੜੀ ਆ ਉਹ 1-1 2021 ਨੂੰ ਕੀ ਮੰਗੀ ਹੈ ਜੀ 18 ਤੋਂ 37 ਸਾਲ ਜਿੱਦਾਂ ਕਿ ਪੰਜਾਬ ਦੇ ਸਾਰੇ ਪੇਪਰਾਂ 'ਚ ਹੈਗਾ ਐਸਸੀਬੀਸੀ ਨੂੰ 42 ਸਾਲ ਤੱਕ ਹੀ ਹੈਗੀ ਵਿੰਡੋ ਤੇ ਡਾਈਵੋਰਸ ਵਗੈਰਾ ਨੂੰ 40 ইয়ারਸ ਤੱਕ ਹੈਗੀ ਹੈ ਤੇ ਬਾਕੀ ਹੋਰ ਵੀ ਜਿਹੜੀਆਂ ਐ ਡੈਕ ਸਰਵਿਸਮੈਨ ਵਗੈਰਾ ਉਹ ਤੁਸੀਂ ਡਿਟੇਲ 'ਚ ਐਡਵਰਟਾਈਜ਼ਮੈਂਟ ਦੇਖ ਸਕਦੇ ਹੋ ਨੈਕਸਟ ਕਰਿਓ ਜੀ ਐਕਸਾਈ ਇਨਸਪੈਕਟਰ ਦੀ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਗ੍ਰੈਜੂਏਟ ਸਿੰਪਲ ਕੋਈ ਪਰਸੈਂਟੇਜ ਵਾਲਾ ਕੋਈ ਚੱਕਰ ਨਹੀਂ ਹੈਗਾ ਜਿੱਦਾਂ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਜਾਂ ਕਿਸੇ ਪੇਪਰ ਤੇ 60% ਸੈਕੰਡ ਡਿਵੀਜ਼ਨ ਮੰਗ ਲੈਂਦੇ ਆ ਸਿੰਪਲ ਗ੍ਰੈਜੂਏਟ ਚਾਹੀਦਾ 120 ਘੰਟੇ ਦਾ ਜਿਹੜਾ ਕੰਪਿਊਟਰ ਸਰਟੀਫਿਕੇਟ ਹੈ ਉਹ ਬਿਲਕੁਲ ਚਾਹੀਦਾ ਹੈ ਹਾਲਾਂਕਿ ਇਹਨੂੰ ਕਨਫਿਊਜ਼ ਨਾ ਕਰਿਓ ਇਹਦੇ ਤੇ ਲਿਖਿਆ ਨਹੀਂ ਹੈਗਾ ਕਿ ਪੰਜਾਬੀ ਟੈਂਥ ਚਾਹੀਦੀ ਹੈਗੀ ਹੈ ਲੇਕਿਨ ਇੱਕ ਥੱਲੇ ਜਦੋਂ ਤੁਸੀਂ ਐਡਵਰਟਾਈਜ਼ਮੈਂਟ ਨੂੰ ਦੇਖੋਗੇ ਜਿਹੜੀ ਪੀਡੀਐਫ ਉਹਨਾਂ ਨੇ ਪਾਇਆ ਹੈ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਦਾ ਕੋਈ ਮੀਨ ਦੇ ਸ਼ਾਇਦ ਇਹ ਮੈਨੂੰ ਲੱਗਦਾ ਹੈ ਕਨਫਿਊਜ਼ ਹੋ ਗਏ ਭੁੱਲ ਗਏ ਕਿ ਇੱਥੇ ਪੰਜਾਬੀ ਲਿਖਣੀ ਹੈਗੀ एलिजिਬਿਲਟੀ ਚ ਤੁਸੀਂ ਨੈਕਸਟ ਦੇਖੋਗੇ ਬਲੌਕ ਐਕਸਟੈਂਸ਼ਨ ਅਫਸਰ ਦੀ ਪੋਸਟ ਗ੍ਰੈਜੂਏਟ ਵਿਦ ਮਿਨਿਮਮ 50% ਮਾਰਕਸ ਤੇ ਇੱਥੇ ਇਹਨਾਂ ਨੇ 10ਥ ਪੰਜਾਬੀ ਲਿਖਿਆ ਹੋਇਆ ਹਾਲਾਂਕਿ ਇਹਦੇ 'ਚ ਕੋਈ ਕੰਪਿਊਟਰ ਸਰਟੀਫਿਕੇਟ ਨਹੀਂ ਲਿਖਿਆ ਸੇਮ ਜਿਹੜੀ ਹੈ ਤੁਸੀਂ ਧਿਆਨ ਨਾਲ ਦੇਖੋਗੇ ਇੰਡਸਟਰੀ ਅਫਸਰ ਦੀ ਗ੍ਰੈਜੂਏਟ ਵਿਦ ਮਿਨਿਮਮ 50% ਮਾਰਕਸ 10ਥ ਪੰਜਾਬੀ ਚਾਹੀਦੀ ਕੰਪਿਊਟਰ ਸਰਟੀਫਿਕੇਟ ਨਹੀਂ ਚਾਹੀਦਾ ਤੇ ਬਾਕੀ 스테ਟ ਦੇ ਸਟੂਡੈਂਟ ਜਿਹੜੇ ਵੀਡੀਓ ਦੇਖ ਰਹੇ ਆ ਜਿਨ੍ਹਾਂ ਨੂੰ ਲੱਗਦਾ ਕਿ ਸਰ ਅਸੀਂ 10th ਪੰਜਾਬੀ ਨਹੀਂ ਕੀਤੀ ਐ ਵੀ ਅਸੀਂ ਅਪਲਾਈ ਕਰ ਦਈਏ ਬੇਟਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਨਫਿਊਜ਼ਨ ਹੋ ਗਈ ਹੈ 10th ਪੰਜਾਬੀ ਉਹਨਾਂ ਨੇ ਡਾਇਰੈਕਟ ਤਾਂ ਨਹੀਂ ਲਿਖਿਆ ਲੇਕਿਨ ਇਨਡਾਇਰੈਕਟਲੀ نیچے ਇੱਕ ਕਾਲਮ 'ਚ ਲਿਖਤਾ ਹੈਗਾ 10th ਪੰਜਾਬੀ ਚਾਹੀਦੀ ਐ ਤੁਸੀਂ ਕਿਸੇ ਵੀ 스테ਟ 'ਚੋਂ ਤੁਸੀਂ ਚਾਹੇ ਹਰਿਆਣਾ ਤੋਂ ਤੁਸੀਂ ਹਿਮਾਚਲ ਤੋਂ ਤੁਸੀਂ ਤਾਮਿਲਨਾਡੂ ਤੋਂ ਜੇ ਤੁਸੀਂ 10th ਪੰਜਾਬੀ ਕੀਤੀ ਐ ਤੁਸੀਂ ਪੰਜਾਬ ਦਾ ਕੋਈ ਵੀ ਪੇਪਰ ਦੇ ਸਕਦੇ ਹੋ ਕੰਪਿਊਟਰ ਸਰਟੀਫਿਕੇਟ ਤਾਂ ਸਾਰਿਆਂ ਕੋਲ ਹੀ ਹੁੰਦਾ ਅੱਜਕੱਲ੍ਹ ਨੈਕਸਟ ਦੇਖੀਏ ਜੀ ਐਪਲੀਕੇਸ਼ਨ ਫੀ ਜਨਰਲ ਕੈਟਾਗਰੀ ਚ 1000 ਰੁਪਏ ਚਾਹੀਦੀ ਹੈ ਐਸਸੀ ਬੀਸੀ ਕੈਟਾਗਰੀ ਨੂੰ 250 ਐਕ ਸਰਵਿਸਮੈਨ ਦੀ 200 ਹੈਂਡੀਕੈਪ ਦੀ ਜਿਹੜੀ ਉਹ 500 ਹੁਣ ਉਹ ਕਹਿੰਦੇ ਨਾ ਪੰਜਾਬ ਸਰਕਾਰ ਜਿਹੜੀ ਹੈ ਨਾ ਉਹ ਬਿਲਕੁਲ ਉਹਨਾਂ ਜਿੱਦਾਂ ਉਹ ਨਾਟਕ ਆਉਂਦੇ ਨਾ ਤੇ ਆਪਣਾ ਟੀਵੀ 'ਚ ਸੀਰੀਅਲਸ ਆਉਂਦੇ ਆ ਜਾਂ ਜਿੱਦਾਂ ਹੋਰ ਔਨਲਾਈਨ ਪਲੇਟਫਾਰਮ ਤੇ ਵੀ ਸੀਰੀਅਲਸ ਆਉਂਦੇ ਆ ਵੀ ਇੱਕ ਨਾਟਕ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਉਹ ਸੀਰੀਜ਼ ਦਾ ਐਂਡ ਇਦਾਂ ਕਰਦੇ ਆ ਕਿ ਸਸਪੈਂਸ ਬਣਿਆ ਰਵੇ ਤੇ ਅੱਜ ਜਿਹੜੀ ਐਡਵਰਟਾਈਜ਼ਮੈਂਟ ਉਹਦੇ 'ਚ ਸਸਪੈਂਸ ਬਣਾ ਕੇ ਰੱਖਿਆ ਕਿ ਅਸੀਂ ਹੁਣ ਨੈਕਸਟ ਜਿਹੜਾ ਪੀਡੀਐਫ ਪਾਵਾਂਗੇ ਉਹਦੇ ਚ ਸਾਰਾ ਸਿਲੇਬਸ ਦੱਸਾਂਗੇ ਐਗਜ਼ਾਮ ਪੈਟਰਨ ਦੱਸਾਂਗੇ ਇਹ ਮਤਲਬ ਇਸ ਵਾਰੀ ਜਿਹੜਾ ਅੱਜ ਪੀਡੀਐਫ ਜਿਹੜਾ ਆਇਆ ਉਹਦੇ ਚ ਕੋਈ ਐਗਜ਼ਾਮ ਪੈਟਰਨ ਤੇ ਕੋਈ ਵੀ ਜਿਹੜਾ ਸਿਲੇਬਸ ਨਹੀਂ ਦੱਸਿਆ ਲੇਕਿਨ ਮੈਂ ਤੁਹਾਡੇ ਨਾਲ ਇਹ ਡਿਸਕਸ ਕਰ ਰਿਹਾ ਕਿ ਜਿਨ੍ਹਾਂ ਨੂੰ ਬਹੁਤ ਐਕਸਾਈਟਮੈਂਟ ਹੈ ਹਾਂਜੀ ਜੋ ਦੋ ਦਿਨ ਵੀ ਨਹੀਂ ਰੁਕਣਾ ਚਾਹੁੰਦੇ ਉਹਨਾਂ ਨਾਲ ਮੈਂ ਡਿਸਕਸ ਕਰ ਰਿਹਾ ਕਿ ਜਿਹੜਾ 2018 ਦਾ ਜਦੋਂ ਪੇਪਰ ਹੋਇਆ ਸੀਗਾ ਉਹਦਾ ਸਿਲੇਬਸ ਦੇਖ ਲਓ ਜਦੋਂ 41 ਪੋਸਟਾਂ ਸੀਗੀਆਂ ਐ ਐਕਸਾਇੰਸ ਇੰਸਪੈਕਟਰ ਦੀਆਂ ਤੇ ਜਨਰਲ ਅਵੇਅਰਨੈਸ ਪੰਜਾਬ ਹਿਸਟਰੀ ਐਂ ਮੈਂਟਲ ਬਿਲਟੀ ਰੀਜ਼ਨਿੰਗ ਐਂਡ ਅਰਥਮੈਟਿਕ ਮੀਨਸ ਮੈਥ ਰੀਜ਼ਨਿੰਗ ਮਿਲਾ ਕੇ 15 ਕੁਐਸਚਨ ਸੀਗੇ ਕੰਪਿਊਟਰ ਦੇ 10 ਕੁਐਸਚਨ ਸੀਗੇ ਪੰਜਾਬੀ ਤੇ ਇੰਗਲਿਸ਼ ਦੇ 15-15 ਕੁਐਸਚਨ ਸੀਗੇ ਟੋਟਲ ਸੀਗੇ 100 ਮਾਰਕਸ ਦਾ ਪੇਪਰ ਕਾਨੂੰਗੋ ਤੇ ਐਕਸਾਇਨ ਇੰਸਪੈਕਟਰ ਦਾ ਪੇਪਰ ਹੋਇਆ ਸੀਗਾ ਲੇਕਿਨ ਹੁਣ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਸੀ ਵਾਰ ਇਸ ਬਾਰ ਜਿਹੜਾ ਹੈ ਉਹ ਸੇਮ ਪੈਟਰਨ ਰਹੂਗਾ ਹੁਣ ਤੁਹਾਨੂੰ 2-3 ਦਿਨ 4 ਦਿਨ ਹਫਤਾ ਜਿਹੜੀ ਵੇਟ ਕਰਨੀ ਪੈਣੀ ਹੈ ਐਕਸਾਇਨ ਇੰਸਪੈਕਟਰ ਦਾ ਕੀ ਸਿਲੇਬਸ ਰਹੂਗਾ ਐਗਜ਼ੈਕਟਲੀ ਕੀ ਸਿਲੇਬਸ ਰਹੂਗਾ ਮੈਂ ਇੱਕ ਤੁਹਾਡੇ ਨਾਲ ਨਾ ਬੜੀ ਇੱਕ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੁੰਦਾ ਹੈ ਜਿਹੜੇ ਵੀ ਲੋਕੀ ਸਟੂਡੈਂਟ ਜਿਹੜੇ ਆ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਤੁਸੀਂ ਇਹਨੂੰ ਪਰਸਨਲ ਨਾ ਲਿਓ ਦੇਖੋ ਜਦੋਂ ਕੋਈ ਬਿਮਾਰ ਹੁੰਦਾ ਨਾ ਨਾਰਮਲ ਬੁਖਾਰ ਬਖੂਰ ਹੋਵੇ ਤੇ ਇਹ ਤਾਂ ਅਸੀਂ ਘਰੇ ਵੀ ਮੈਡੀਸਨ ਤੇ ਕੈਮਿਸਟ ਤੋਂ ਹੀ ਮੈਡੀਸਨ ਲੈ ਕੇ ਪੈਰਾਸੈਟਾਮੋਲ ਖਾ ਕੇ ਠੀਕ ਹੋ ਜਾਂਦੇ ਆ ਲੇਕਿਨ ਜਦੋਂ ਜ਼ਿੰਦਗੀ ਦਾ ਸਵਾਲ ਹੁੰਦਾ ਹੈ ਮੰਨ ਲਓ ਕੋਈ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਬ੍ਰੇਨ ਦੀ ਪ੍ਰੋਬਲਮ ਕੋਈ ਹੋਰ ਕਿਡਨੀ ਦੀ ਪ੍ਰੋਬਲਮ ਹੋ ਜਾਂਦੀ ਹੈ ਤੇ ਅਸੀਂ ਜਿਹੜਾ ਨਾ ਹਮੇਸ਼ਾ ਇੱਕ ਚੰਗੇ ਡਾਕਟਰ ਕੋਲ ਜਾਂਦੇ ਆ ਅ ਕਿ ਇਹ ਨਾ ਜਿਹੜੇ ਸਟੂਡੈਂਟ ਆਪਣੇ ਆਪ ਹੀ ਤਿਆਰੀ ਕਰੀ ਜਾਂਦੇ ਆ ਰੈਂਡਮਲੀ ਬਿ ਕਿਸੇ ਗਾਈਡੈਂਸ ਤੋਂ ਬਿਨਾ ਮੀਨਸ ਤੁਹਾਡੇ ਕੋਲ ਕੋਈ ਗਾਈਡੈਂਸ ਹੈਗੀ ਤੁਹਾਡਾ ਕੋਈ ਬ੍ਰਦਰ ਸਿਸਟਰ ਕੋਈ ਵੀ ਹੈਗਾ ਫਿਰ ਬਹੁਤ ਵਧੀਆ ਗੱਲ ਹੈ ਲੇਕਿਨ ਬਿਨਾ ਗੁਰੂ ਤੋਂ ਅਗਰ ਤੁਸੀਂ ਤਿਆਰੀ ਕਰ ਰਹੇ ਹੋ ਨਾ ਬਿਨਾ ਚਾਹੇ ਉਹ 셀ਫ ਸਟਡੀ ਤੋਂ ਕਰ ਰਹੇ ਹੋ ਬਿਨਾ ਕੋਚਿੰਗ ਤੋਂ ਕਰ ਰਹੇ ਹੋ ਤੋਂ ਆਲਟੀਮੇਟਲੀ ਉਹਦਾ ਚਾਂਸਸ ਰਹਿੰਦੇ ਆ ਕਿ ਤੁਸੀਂ ਕੋਈ ਨਾ ਕੋਈ ਗਲਤੀ ਕਰੋਗੇ ਤੇ ਮੈਂ ਤੁਹਾਨੂੰ ਹਮੇਸ਼ਾ ਇਹ ਸੁਜੈਸਟ ਕਰੂੰਗਾ ਕਿ ਕੋਈ ਚੰਗਾ ਟੀਚਰ ਲੱਭੋ ਦੇਖੋ ਅਸੀਂ ਕੋਚਿੰਗ ਇੰਸਟੀਚਿਊਟ ਦੇ ਡਾਕਟਰ ਆ ਸਾਨੂੰ 20 ਸਾਲ ਤੋਂ ਸਾਡਾ ਕੰਮ ਹੀ ਹੈ ਮੀਨਜ਼ ਅਸੀਂ ਪੜ੍ਹਾਉਣਾ ਹੀ ਸਾਡਾ ਕੰਮ ਹੈਗਾ ਅਸੀਂ ਕੋਈ ਕਰਿਆਨੇ ਦੀ ਦੁਕਾਨ ਨਹੀਂ ਖੋਲੀ ਹੈ ਜਾਂ ਕੋਈ ਸਾਡਾ ਕੈਮਿਸਟ ਦਾ ਕੰਮ ਨਹੀਂ ਹੈਗਾ ਵੀ ਅਸੀਂ ਇਹ ਕੰਮ ਵੀ ਕਰ ਲਈਏ ਅਸੀਂ ਐਕਸਪਰਟ ਹੈਗੇ ਇਸ ਫੀਲਡ ਦੇ ਤੁਸੀਂ ਇਸ ਗੱਲ ਨੂੰ ਸਮਝੋ 10-15000 ਰੁਪਏ ਬਚਾ ਲਓਗੇ ਕੋਈ ਪ੍ਰੋਬਲਮ ਨਹੀਂ ਹੈਗੀ ਐ ਬਟ ਜੇ ਤਾਂ ਤੁਸੀਂ ਬਹੁਤ ਜ਼ਿਆਦਾ ਸੈਲਫ ਮੋਟੀਵੇਟਿਡ ਹੋ ਤਾਂ ਸੈਲਫ ਸਟੱਡੀ ਕਰਕੇ ਵੀ ਕਰ ਸਕਦੇ ਹੋ ਰੈਂਡਮਲੀ YouTube ਦੇ ਵੀਡੀਓ ਤੋਂ ਕੀ ਹੁੰਦਾ ਕਿ ਗਾਈਡੈਂਸ ਪ੍ਰੋਪਰ ਨਹੀਂ ਮਿਲਦੀ। ਕਈ ਵਾਰੀ ਕੋਈ ਵਧੀਆ ਟੀਚਰ ਸਾਨੂੰ ਲੱਗਣ ਲੱਗਦਾ ਹੈ। ਉਹ ਥੋੜੇ ਦਿਨ ਬਾਅਦ ਉਹਦੀ ਸਾਰੀ ਕਲਾਸਿਸ ਜਿਹੜੀਆਂ ਉਹ ਪੇਡ ਹੋ ਜਾਂਦੀਆਂ। ਤੇ ਮੈਂ ਤੁਹਾਨੂੰ ਹਮੇਸ਼ਾ ਗਾਈਡ ਕਰਾਂਗਾ ਜਿੱਥੇ ਵੀ ਤੁਸੀਂ ਜਿਹੜੀ ਮਰਜ਼ੀ ਸਿਟੀ 'ਚੋ ਜਿਹੜਾ ਮਰਜ਼ੀ ਕੋਚਿੰਗ ਇੰਸਟੀਚਿਊਟ ਤੁਸੀਂ ਜਿਹੜਾ ਮਰਜ਼ੀ ਟੀਚਰ ਚੂਜ਼ ਕਰਨਾ ਚਾਹੁੰਦੇ ਹੋ ਜਿਹੜਾ ਤੁਹਾਨੂੰ ਠੀਕ ਲੱਗਦਾ ਕਿ ਹਾਂਜੀ ਵਧੀਆ ਕੁਆਲਿਟੀ ਪ੍ਰੋਵਾਈਡ ਕਰ ਰਿਹਾ। ਇਹਨਾਂ ਨੂੰ ਐਕਸਪੀਰੀਅੰਸ ਹੈਗਾ, ਇਹਨਾਂ ਦੇ ਰਿਜ਼ਲਟਸ ਵੀ ਹੈਗੇ। ਉਹਨੂੰ ਪਲੀਜ਼ ਜੁਆਇਨ ਕਰੋ। ਤੁਸੀਂ ਘਰੇ ਬੈਠ ਕੇ ਜੇ ਤਾਂ ਤੁਸੀਂ ਸੈਲਫ ਮੋਟੀਵੇਟਿਡ ਹੋ ਬਹੁਤ ਜ਼ਿਆਦਾ ਫਿਰ ਕੋਈ ਲੋੜ ਨਹੀਂ ਕਿਤੇ ਵੀ ਜੁਆਇਨ ਕਰਨ ਦੀ ਲੇਕਿਨ ਜੇ ਤੁਹਾਨੂੰ ਲੱਗਦਾ ਵੀ ਸਰ ਤੇ ਜਿਹੜਾ ਡੰਡਾ ਚਾਹੀਦਾ ਹੈ ਤੇ ਤੁਸੀਂ ਪਲੀਜ਼ ਗਾਈਡੈਂਸ ਵਾਸਤੇ ਰੈਗੂਲਰਿਟੀ ਵਾਸਤੇ ਕਿਤੇ ਨਾ ਕਿਤੇ ਜ਼ਰੂਰ ਜੁਆਇਨ ਕਰੋ ਚਾਹੇ ਉਹ ਵੀਡੀਓ ਕੋਰਸ ਜੁਆਇਨ ਕਰੋ ਚਾਹੇ ਉਹ ਲਾਈਵ ਕਲਾਸਿਸ ਜੁਆਇਨ ਕਰੋ ਤੇ ਮੈਂ ਇੱਕ ਤੁਹਾਡੇ ਵਾਸਤੇ ਨੈਕਸਟ ਵੀਡੀਓ ਹੋਰ ਬਣਾਉਂਗਾ 2018 ਦਾ ਜਿਹੜਾ ਐਕਸਾਈਨਸਪੈਕਟਰ ਦਾ ਪੇਪਰ ਹੋਇਆ ਸੀ ਵੈਸੇ ਦਾ ਮੈਂ ਅੱਜ ਹੀ ਬਣਾ ਦੇਣਾ ਸੀਗਾ ਜੇ ਸਿਲੇਬਸ ਆ ਜਾਂਦਾ ਲੇਕਿਨ ਹੁਣ ਇਹ ਨਹੀਂ ਪਤਾ ਕਿ ਇਸ ਵਾਰੀ ਪੈਟਰਨ ਕੀ ਰਹੂਗਾ ਲੇਕਿਨ 2 ਉਦੇਸ ਨਾਲ ਮੈਂ ਉਹਦਾ ਐਨਲਿਸਿਸ ਕਰਕੇ ਪੂਰਾ ਉਹ ਤੁਹਾਡਾ ਐਨਲਿਸਿਸ ਕੱਢ ਕੇ ਕਿਹੜੇ ਕਿਹੜੇ ਚੈਪਟਰ ਤੋਂ ਕਿਹੜੇ ਕਿਹੜੇ ਕੁਐਸਚਨਸ ਆਏ ਕਿ ਕਿਸ ਟਾਈਪ ਦੇ ਕੁਐਸਚਨ ਆਏ ਸੀ ਉਹ ਤੁਹਾਡੇ ਵਾਸਤੇ ਇੱਕ ਵੀਡੀਓ ਬਣਾ ਦਾਂਗਾ ਜੇ ਤੁਸੀਂ ਜੇ ਤੁਹਾਨੂੰ ਸਾਡੇ ਤੇ ٹرسٹ ਹੈਗਾ ਹਾਲਾਂਕਿ ਅਸੀਂ 20 ਸਾਲ ਤੋਂ ਤਿਆਰੀ ਕਰ ਰਹੇ ਹਾਂ ਤੁਸੀਂ ਸਾਡੇ ਵੈਬਸਾਈਟ ਤੇ YouTube ਤੇ ਹਰ ਜਗ੍ਹਾ ਸਾਡੇ ਰਿਜ਼ਲਟਸ ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਬ੍ਰਾਈਟ ਅਕਾਦਮੀ ਚੰਗੀ ਤਿਆਰੀ ਕਰਾਉਂਦੀ ਹੈ ਤੇ ਫਰਸਟ ਟਾਈਮ ਸਟੂਡੈਂਟ ਸਾਡੇ ਨਾਲ ਜੁੜੇ ਹਨ ਇੱਕ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਸਾਡੇ ਕੋਲ ਬੇਟਾ ਦੋ ਆਪਸ਼ਨਸ ਹੈਗੀਆਂ ਜੇ ਤੁਸੀਂ ਘਰੇ ਬੈਠ ਕੇ ਵੈਸੇ ਤਾਂ ਮੈਂ ਸਭ ਤੋਂ ਵਧੀਆ ਆਫਲਾਈਨ ਕੋਚਿੰਗ ਨੂੰ ਹੀ ਮੰਨਦਾ ਮਤਲਬ ਮੈਂ ਐਜ਼ ਇਹ ਮੈਂ 20 ਸਾਲ ਤੋਂ ਪੜਾ ਰਿਹਾ ਮੈਂ ਆਨਲਾਈਨ ਚ ਟਰਸਟ ਘੱਟ ਕਰਦਾ ਮਤਲਬ ਮੈਂ ਖੁਦ ਅਗਰ ਸਟੂਡੈਂਟ ਹੋਵਾਂ ਤਾਂ ਸ਼ਾਇਦ ਮੈਨੂੰ ਆਨਲਾਈਨ ਚ ਉਨਾ ਮਜ਼ਾ ਨਾ ਆਵੇ ਨਾ ਐਜ਼ ਅ ਟੀਚਰ ਵੀ ਮੈਨੂੰ ਸ਼ਾਇਦ ਉਨਾ ਮਜ਼ਾ ਨਹੀਂ ਆ ਰਿਹਾ ਲੇਕਿਨ ਜਦੋਂ ਆਪਸ਼ਨ ਨਹੀਂ ਹੈ ਹੁਣ ਐਟ ਪ੍ਰੈਸੈਂਟ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਆਫਲਾਈਨ ਪੜੀ ਸਕਦੇ ਹਾਂ ਬਟ ਆਫਲਾਈਨ ਅਸੀਂ ਪੜ੍ਹੀਏ ਉਸ ਤੋਂ ਬੈਟਰ ਹੈ ਕਿ ਅਸੀਂ ਆਨਲਾਈਨ ਪੜ ਲਈਏ ਕਿਉਂਕਿ ਆਫਲਾਈਨ ਦਾ ਤਾਂ ਹ ਇਹ ਇਦਾਂ ਨਾ ਹੋ ਕਿ ਤੁਸੀਂ ਲੇਟ ਹੋ ਜਾਓ ਮੈਂ ਨਾ ਉਹ ਕਹਿੰਦੇ ਆਪਸਤਾਏ ਕਿਆ ਤ ਜਦੋਂ ਜੜੀਆਂ ਚੁੱਗ ਗਈ ਖੇਤ ਵੀ ਤੁਸੀਂ 4-5 ਮਹੀਨੇ ਸੋਚੀ ਜਾਓ ਕਿ ਚਲੋ ਇੰਸਟੀਚਿਊਟ ਖੁੱਲੇਗਾ ਉਦੋਂ ਅਸੀਂ ਜੁਆਇਨ ਕਰਾਂਗੇ ਤੇ ਉਹ ਲੇਟ ਹੋ ਜਾਓ ਤੁਸੀਂ ਵੀਡੀਓ ਕੋਰਸ ਜੁਆਇਨ ਕਰ ਲਓ ਜਿਹਦੇ ਚ ਪੂਰਾ ਸਿਲੇਬਸ ਕਰਾਇਆ ਜਾਂਦਾ ਹੈ ਇਹ ਇੰਟੈਲੀਜੈਂਟ ਬੱਚਿਆਂ ਵਾਸਤੇ ਹੁੰਦਾ ਵੀਡੀਓ ਕੋਰਸ ਜਿਨ੍ਹਾਂ ਨੇ ਸਾਰਾ ਸਿਲੇਬਸ ਪਹਿਲੇ ਕਰਨਾ ਆਪਣੇ ਹਿਸਾਬ ਨਾਲ ਕਰਨਾ ਵੀ ਮੈਨੂੰ ਲੱਗਦਾ ਮੈਂ ਸਿੰਪਲ ਇੰਟਰਸਟ ਦਾ ਚੈਪਟਰ ਆਂਦਾ ਮੈਂ ਮਿਸ ਕਰਕੇ ਮੈਂ ਕੰਪਾਊਂਡ ਇੰਟਰਸਟ ਦਾ ਕਰਨਾ ਮੈਂ ਟਾਈਮ ਐਂਡ ਵਰਕ ਪਹਿਲੇ ਕਰਨਾ ਹੈ ਮੈਂ ਜੀਕੇ ਪਹਿਲੇ ਕਰਨੀ ਹੈ ਜਾਂ ਕਿਸੇ ਟੀਚਰ ਦਾ ਲੈਣ ਆਪਣੇ ਦੋਸਤ ਤੋਂ ਲੈਣ ਅੰਡਰਸਟੈਂਡਿੰਗ ਜਿਹੜੀ ਹੈ ਨਾ ਗਾਈਡੈਂਸ ਬਹੁਤ ਇੰਪੋਰਟੈਂਟ ਹੈ 350 ਪਲੱਸ ਵੀਡੀਓ ਇੱਕ ਸਾਲ ਦੀ ਵੈਲਿਡਿਟੀ ਪੀਡੀਐਫ ਨੋਟਸ ਵਗੈਰਾ ਹਰ ਕੁਛ ਇਹਦੇ ਚ ਹੋਏਗਾ ਇਹਦੇ ਵਾਸਤੇ ਤੁਹਾਨੂੰ ਜਿਹੜੇ ਐਪਲੀਕੇਸ਼ਨ ਦਾ ਜਿਹੜਾ ਲਿੰਕ ਹੈ ਜਿਹੜੇ ਫਸਟ ਟਾਈਮ ਜੁੜੇ ਆ ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਵੀਡੀਓ ਚ ਪ੍ਰੋਵਾਈਡ ਕਰ ਰਿਹਾ ਤੇ 2018 ਦਾ ਜਿਹੜਾ ਪੇਪਰ ਹੈਗਾ ਉਹਦਾ ਲਿੰਕ ਵੀ ਜਿਹੜਾ ਨਾ ਪੀਡੀਐਫ ਚ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਚ ਪ੍ਰੋਵਾਈਡ ਕਰ ਰਿਹਾ ਹਾਂ ਸੈਕੰਡ ਆਪਸ਼ਨ ਜਿਹੜੀ ਵੀਡੀਓ ਕੋਰਸ ਤੋਂ ਵੀ ਬੈਸਟ ਹੁੰਦੀ ਹੈ ਲੇਕਿਨ ਜਿਹੜੇ ਫਰਸਟ ਟਾਈਮ ਸਟੂਡੈਂਟਸ ਹੈ ਫਰਸਟ ਟਾਈਮ ਇਹ ਰਹਿਣਾ ਵਾਸਤੇ ਹੁੰਦਾ ਕਿਉਂਕਿ ਉਹਨਾਂ ਨੂੰ ਬਿਲਕੁਲ ਬੇਸਿਕ ਤੋਂ ਆਪਣੇ ਹਿਸਾਬ ਨਾਲ ਚੱਲਣਾ ਹੈ ਸਲੋ ਸਲੋ ਚੱਲਣਾ ਹੈ ਉਹਨਾਂ ਅਸੀਂ ਲਾਈਵ ਕਲਾਸਿਸ ਰეკਮੈਂਡ ਕਰਦੇ ਆਂ ਜਿਹਦੇ ਟਾਈਮਿੰਗ 2:00 ਤੋਂ 2 ਤੋਂ 5 ਹੈਗੇ ਆਂ ਫੁੱਲ ਸਿਲੇਬਸ ਦੇ ਵਿੱਚ ਕਰਾਵਾਂਗੇ ਲਾਈਵ ਕਲਾਸਿਸ ਹੋਣਗੀਆਂ ਡਾਊਟਸ ਤੁਹਾਡੇ ਲਾਈਵ ਲੈਤੇ ਜਾਣਗੇ ਕੋਈ ਵੀ ਲਾਈਵ ਕਲਾਸਿਸ ਦੇ ਰਿਲੇਟਡ ਤੁਸੀਂ ਕੋਈ ਜਾਂ ਵੀਡੀਓ ਕੋਰਸ ਦੇ ਰਿਲੇਟਡ ਕੋਈ ਤੁਹਾਨੂੰ ਕਨਫਿਊਜ਼ਨ ਹੈਗੀ ਹੈ ਉਹ 9998842200 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਾਂ ਮੈਸੇਜ ਕਰ ਤੇ ਮੈਂ ਇਹ ਚਾਹਨਾ ਕਿ ਤੁਸੀਂ ਪਲੀਜ਼ 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 ਆਪਣੇ ਘਰੇ ਜਿਹੜੀ ਹੈ ਨਾ ਜੇ ਨਹੀਂ ਤੁਸੀਂ ਕੋਚਿੰਗ ਲੈ ਸਕਦੇ ਨਹੀਂ ਅਫੋਰਡ ਕਰ ਸਕਦੇ ਸੈਲਫ ਸਟਡੀ ਕਰਕੇ ਕਰੋ ਕੋਚਿੰਗ ਲੈ ਸਕਦੇ ਤਾਂ ਤੁਸੀਂ ਅਫੋਰਡ ਕਰ ਸਕਦੇ ਹੋ ਕੋਚਿੰਗ ਲੈ ਕੇ ਕਰੋ ਗਾਈਡੈਂਸ ਲੈ ਕੇ ਕਰੋ ਲੇਕਿਨ ਇਹ ਮੌਕਾ ਨਾ ਜਾਣ ਨਾ ਦਿਓ ਮਤਲਬ ਗਵਾਇਓ ਨਾ ਇਸ ਸਾਲ ਦਾ ਮੌਕਾ ਜਿਹੜਾ ਨਾ ਹੁਣ 5-6 ਮਹੀਨੇ ਦਾ ਟਾਈਮ ਹੈਗਾ ਤੁਹਾਡੇ ਕੋਲ ਉਸ ਤੋਂ ਬਾਅਦ ਤੁਸੀਂ ਜੇ ਅਗਲੇ ਸਾਲ ਤਿਆਰੀ ਸ਼ੁਰੂ ਕਰੋਗੇ ਇਸ ਇਸ ਸਾਲ ਮਿਸ ਕਰ ਦੋਗੇ ਪ੍ਰੈਪਰੇਸ਼ਨ ਤੁਹਾਨੂੰ 4-5 ਸਾਲ ਜਿਹੜੀ ਹੈ ਪੰਜਾਬ ਦੇ ਪੇਪਰਾਂ ਵਾਸਤੇ ਫੇਰ ਵੇਟ ਕਰਨੀ ਪੈਣੀ ਹੈ ਤਾਂ ਆਈ ਹੋਪ ਤੁਸੀਂ ਜਿਹੜੀ ਹੈ ਮੇਰੀ ਗੱਲ ਨੂੰ ਮੰਨੋਗੇ ਤੇ ਚੰਗੇ ਲੈਵਲ ਦੀ ਜਿਹੜੀ ਆਪਣੇ ਆਪ ਕਰੋਗੇ ਜਾਂ ਕੋਚਿੰਗ ਲੈ ਕੇ ਕਰੋਗੇ ਚੰਗੇ ਲੈਵਲ ਦੀ ਤਿਆਰੀ ਕਰੋਗੇ ਤੇ ਆਪਣੇ ਮਾਪਿਓ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕਰੋਗੇ ਤੇ ਸਾਡਾ ਵੀ ਟੀਚਰਾਂ ਦਾ ਵੀ ਨਾਮ ਰੋਸ਼ਨ ਕਰੋਗੇ ਸੋ थैंक यू ਵੇਰੀ ਮਚ ਜੇ ਕੋਈ ਵੀ ਡਾਊਟ ਹੈਗਾ ਵੀ ਸਰ ਇਸ ਪੇਪਰ ਦੇ ਬਾਰੇ ਚ ਜਾਂ ਕੋਈ ਗਾਈਡੈਂਸ ਦੇ ਰਿਲੇਟਡ ਕੋਈ ਮਤਲਬ ਕਿਸੇ ਵੀ ਪੇਪਰ ਬਾਰੇ ਕੋਈ ਗਾਈਡੈਂਸ ਚਾਹੀਦੀ ਤੁਸੀਂ WhatsApp ਕਰ ਸਕਦੇ ਹੋ ਜਾਂ ਇਸ YouTube ਦੇ ਜਿਹੜੇ ਕਮੈਂਟ ਸੈਕਸ਼ਨ ਹੈਗਾ ਕਮੈਂਟ ਚ ਸਾਨੂੰ ਪੁੱਛ ਸਕਦੇ ਹੋ ਅਸੀਂ ਟਰਾਈ ਕਰਾਂਗੇ ਤੁਹਾਡੇ ਸਾਰਿਆਂ ਦੇ ਮੈਕਸਮ ਜਵਾਬ ਦਵਾਂਗੇ ਸੋ थैंक यू ਵੇਰੀ ਮਚ ਗੋਡ ਬlesਸ ਯੂ ਆਲ ਥੈਂਕ ਯੂ